ਰੋਜ਼ਾਨਾ ਲੋਕਨਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪਿਛਲੇ ਲੰਬੇ ਸਮੇਂ ਤੋਂ ਕੇਂਦਰ ਦੇ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਪਰ ਇਸ ਸਭ ਦੇ ਵਿਚਾਲੇ ਜਿਹੜੇ ਕਿਸਾਨਾਂ ਦੇ ਆਪਣੇ ਲੋਕ ਨੇ ਜਿਵੇਂ ਕਿ ਹਰਜੀਤ ਗਰੇਵਾਲ ਹੋ ਗਏ, ਆਪਣੇ ਲੋਕ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਪੰਜਾਬੀ ਲੋਕ ਨੇ ਜਿਹੜੇ ਖਾਸ ਕਰਕੇ ਸਿੱਖ ਨੇ, ਹਰਜੀਤ ਗਰੇਵਾਲ, ਧਰਮਿੰਦਰ, ਸਨੀ ਦਿਓਲ, ਹੰਸਰਾਜ ਹੰਸ, ਇਹਨਾਂ ਤੋਂ ਖਾਸੀਆਂ ਉਮੀਦਾਂ ਸੀ ਕਿ ਕਿਸਾਨਾਂ ਦੀ ਜਿਹੜੀ ਗੱਲ ਹੈ ਉਹ ਕੇਂਦਰ ਤੱਕ ਰੱਖਣਗੇ ਤੇ ਕਿਸਾਨਾਂ ਦੇ ਨਾਲ ਖੜਨਗੇ, ਪਰ ਇਹਨਾਂ ਨੇ ਬਹੁਤ ਜ਼ਿਆਦਾ ਨਿਰਾਸ਼ ਕੀਤਾ ਹੈ। ਵੱਖ ਵੱਖ ਸਮੇਂ ਦੇ ਉੱਪਰ ਕਿਸਾਨਾਂ ਦੇ ਅਗੇਂਸਟ ਅਤੇ ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਇਹਨਾਂ ਦੇ ਵੱਲੋਂ ਬਿਆਨ ਦਿੱਤੇ ਗਏ, ਤਾਂ ਹੁਣ ਇੱਕ ਵਾਰ ਫਿਰ ਤੋਂ ਧਰਮਿੰਦਰ ਦੇ ਪਰਿਵਾਰ ਦੇ ਵੱਲੋਂ ਅਜਿਹਾ ਹੀ ਬਿਆਨ ਦਿੱਤਾ ਗਿਆ ਕਿਸਾਨਾਂ ਦੇ ਜ਼ਖਮਾਂ ਦੇ ਉੱਪਰ ਲੂਣ ਛਿੜਕਣ ਦੀ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕੀਤੀ ਗਈ ਹੈ। ਧਰਮਿੰਦਰ ਦੀ ਜਿਹੜੀ ਧਰਮ ਪਤਨੀ ਹੈ ਹੇਮਾ ਮਾਲਨੀ, ਜੋ ਕਿ ਬੀਜੇਪੀ ਦੇ ਵੱਲੋਂ ਸਾਂਸਦ ਵੀ, ਉਹਨਾਂ ਦੇ ਵੱਲੋਂ ਵੀ ਇੱਕ ਅਜਿਹਾ ਹੀ ਬਿਆਨ ਦਿੱਤਾ ਗਿਆ, ਜਿਸ ਤੋਂ ਬਾਅਦ ਕਿਸਾਨ ਜਿਹੜੇ ਹੈਗੇ ਇੱਕ ਵਾਰ ਫਿਰ ਤੋਂ ਦਿਓਲ ਫੈਮਿਲੀ ਦੇ ਨਾਲ ਫਿਰ ਤੋਂ ਨਾਰਾਜ਼ ਨੇ। ਮੇਰੇ ਨਾਲ ਪ੍ਰੋਫੈਸਰ ਪੀ ਐਸ ਭੋਗਲ ਸਾਹਿਬ ਨੇ ਗੱਲਬਾਤ ਕਰਾਂਗੇ। ਭੋਗਲ ਸਾਹਿਬ ਸਵਾਗਤ ਹੈ ਰੋਜ਼ਾਨਾ ਲੋਕਨਾ ਟੀਵੀ 'ਤੇ। ਧੰਨਵਾਦ ਸੁਖਵਿੰਦਰ। ਭੋਗਲ ਸਾਹਿਬ, ਜਿਸ ਤਰੀਕੇ ਦੇ ਨਾਲ ਇੱਕ ਵਾਰ ਫਿਰ ਤੋਂ ਦਿਓਲ ਫੈਮਿਲੀ ਦੇ ਵੱਲੋਂ ਜਿਹੋ ਜਿਹਾ ਬਿਆਨ ਆਇਆ, ਕਿਸਾਨਾਂ ਦੇ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ, ਕਿਸਾਨਾਂ ਦੇ ਉੱਪਰ ਲੂਣ ਛਿੜਕਣ ਦੀ ਇੱਕ ਵਾਰ ਫਿਰ ਤੋਂ ਕਿਹਾ ਜਾ ਸਕਦਾ ਕਿ ਦਿਓਲ ਫੈਮਿਲੀ ਦੀ ਕੋਸ਼ਿਸ਼ ਹੈ? ਜੀ ਬਿਲਕੁਲ, ਉਸ ਨੂੰ ਕਿਹਾ ਜਾ ਸਕਦਾ ਹੈ। ਹਾਲਾਂਕਿ ਹੇਮਾ ਮਾਲਨੀ ਧਰਮਿੰਦਰ ਦੀ ਦੂਸਰੀ ਪਤਨੀ ਹੈ, ਲੇਕਿਨ ਜਿਸ ਤੱਕ ਉਸ ਪਰਿਵਾਰ ਦੀ ਰਾਜਨੀਤਿਕ ਸੋਚ ਹੈ ਉਹਦੇ ਤੇ ਹੇਮਾ ਮਾਲਨੀ ਦਾ ਖਾਸਾ ਗਹਿਰਾ ਪ੍ਰਭਾਵ ਹੈ, ਕਿਉਂਕਿ ਹੇਮਾ ਮਾਲਨੀ ਸ਼ੁਰੂ ਤੋਂ ਬੀਜੇਪੀ ਨਾਲ ਜੁੜੀ ਹੋਈ ਹੈ, ਫਿਰ ਧਰਮਿੰਦਰ ਨੂੰ ਵੀ ਬੀਜੇਪੀ 'ਚ ਲਿਆਉਣ ਵਾਲੀ ਉਹੀ ਹੈ, ਔਰ ਹੁਣ ਸਨੀ ਦਿਓਲ ਜਿਹੜਾ ਆਇਆ ਬੀਜੇਪੀ ਦੀ ਟਿਕਟ 'ਤੇ ਮੈਂਬਰ ਪਾਰਲੀਮੈਂਟ ਬਣਿਆ, ਉਹਦੇ 'ਤੇ ਵੀ ਬੜਾ ਸਵਾਲ ਹੈ। ਸੋ ਕਿਹਾ ਜਾ ਸਕਦਾ ਕਿ ਧਰਮਿੰਦਰ ਦੇ ਪਰਿਵਾਰ ਵੱਲੋਂ ਜੁੜੀ ਵੀ ਗੱਲ ਕਹੀ ਗਈ, ਜੋ ਕੋਈ ਗਲਤ ਗੱਲ ਨਹੀਂ ਉਹਦੇ ਵਿੱਚ। ਜਿਸ ਤਰੀਕੇ ਦੇ ਨਾਲ ਖਾਸ ਤੌਰ ਤੇ ਲੋਕਾਂ ਨੂੰ ਪਤਾ ਹੈ ਕਿ ਜੇਕਰ ਅਸੀਂ ਬਿਆਨ ਦੇਵਾਂਗੇ ਅਜਿਹੇ, ਜੇ ਕੇਂਦਰ ਦੇ ਹੱਕ ਦੇ ਵਿੱਚ ਤੇ ਕਿਸਾਨਾਂ ਦੇ ਖਿਲਾਫ ਅਜਿਹੇ ਬਿਆਨ ਦੇਵਾਂਗੇ ਤਾਂ ਕਿਸਾਨਾਂ ਨੂੰ ਕਾਫੀ ਨਾਰਾਜ਼ਗੀ ਹੁੰਦੀ ਹੈ, ਖਾਸ ਕਰ ਜਿਹੜੇ ਜਿਵੇਂ ਪੰਜਾਬੀ ਪਰਿਵਾਰ ਹੈਗੇ ਆ। ਜੇਕਰ ਹੇਮਾ ਮਾਲਨੀ ਦੀ ਵੀ ਗੱਲ ਕਰੀਏ ਤਾਂ ਲੋਕ ਆਸ ਰੱਖਦੇ, ਕਿਉਂਕਿ ਧਰਮਿੰਦਰ ਦੀ ਵਾਈਫ ਹੋਣ ਦੇ ਕਰਕੇ ਆਸ ਰੱਖਦੇ ਸੀ ਪੰਜਾਬੀ, ਇਹਨਾਂ ਨੂੰ ਪਤਾ ਵੀ ਹੈ ਕਿ ਜੇਕਰ ਅਸੀਂ ਇਹੋ ਜਿਹੇ ਬਿਆਨ ਦੇਵਾਂਗੇ ਤਾਂ ਕਿਸਾਨਾਂ ਨੂੰ ਦੁੱਖ ਹੋਊਗਾ, ਫਿਰ ਵੀ ਜਾਣ ਬੁੱਝ ਕੇ ਅਜਿਹੇ ਬਿਆਨ ਦੇਣਾ, ਯਾਨੀ ਕਿ ਜਾਣ ਬੁੱਝ ਕੇ ਇਹ ਗੱਲ ਕੀਤੀ ਜਾ ਰਹੀ ਹੈ ਇਹਨਾਂ ਦੇ ਵੱਲੋਂ। ਸੁਖਵਿੰਦਰ, ਤੁਸੀਂ ਸ਼ੁਰੂ ਦੇ ਵਿੱਚ ਨਾਮ ਲਏ ਸੀ ਧਰਮਿੰਦਰ ਦੇ ਪਰਿਵਾਰ ਦੇ ਨਾਮ ਲਏ ਸੀ, ਹਰਜੀਤ ਗਰੇਵਾਲ ਦਾ ਨਾਮ ਲਿਆ ਸੀ, ਜਾਂ ਹੰਸਰਾਜ ਦਾ, ਜਾਂ ਦੂਸਰੇ ਲੋਕਾਂ ਦਾ, ਜਾਂ ਹੋਰ ਸਾਰੇ ਲੋਕ ਜੋ ਇਹ ਕੁਛ ਕਰ ਰਹੇ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਇਹ ਵੱਡਾ ਇੱਕ ਮਾਮਲਾ ਸਾਡੇ ਸਮਾਜ ਵਿੱਚ ਜਿਹੜਾ ਹੈ ਚੱਲ ਰਿਹਾ ਹੈਗਾ, ਤੇ ਹੋ ਸਕਦਾ ਕਿਸੇ ਦਾ ਡਿਫਰੈਂਸ ਆਫ ਓਪੀਨੀਅਨ ਹੋਵੇ ਤਾਂ ਉਸਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਕਿ ਕਿਸੇ ਦੀਆਂ ਭਾਵਨਾਵਾਂ ਆਹਤ ਨਾ ਹੋਣ। ਲੇਕਿਨ ਇਹ ਸਾਰੇ ਲੋਕ ਜਿਹੜੇ ਬੀਜੇਪੀ ਪੱਕੀ ਹੈਗੇ ਆ, ਮੈਨੂੰ ਲੱਗਦਾ ਕਿ ਇਹ ਜਿਹੜੇ ਆਰ ਐਸ ਐਸ ਔਰ ਬੀਜੇਪੀ ਦੇ ਆਕਾ ਹੈਗੇ ਇਹਨਾਂ ਦੇ ਬੈਠੇ, ਉਹਨਾਂ ਨੂੰ ਖੁਸ਼ ਕਰਨ ਵਾਲੇ ਪਾਸੇ ਇਹਨਾਂ ਦਾ ਧਿਆਨ ਜ਼ਿਆਦਾ, ਕਿਉਂਕਿ ਸੱਤਾ 'ਚ ਬੈਠੇ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਹੈ ਲਾਭ ਪ੍ਰਾਪਤੀ ਜਿਹੜੀ ਹੈ ਹੋਣ ਦਾ ਅੰਦੇਸ਼ਾ ਹੁੰਦਾ, ਉਹਨਾਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਇਹੋ ਜਿਹੀ ਬਿਆਨਬਾਜ਼ੀ ਕਰ ਰਹੇ ਹੈ। ਇਹਦਾ ਕੋਈ ਉਹਨਾਂ ਨੂੰ ਇਹ ਪਤਾ ਹੈ ਕਿ ਇਹਦਾ ਕੋਈ ਕਿਸੇ ਕਿਸਮ ਦਾ ਕੋਈ ਫਾਇਦਾ ਨਹੀਂ ਕਿਸੇ ਨੂੰ ਹੋਣਾ, ਕਿਸੇ ਨੇ ਸੁਣਵਾਈ ਕਰਨੀ ਹੈ। ਹੁਣ ਮਸਲਨ ਹੇਮਾ ਮਾਲਨੀ ਨੇ ਕਿਹਾ ਕਿ ਕਿਸਾਨ ਜੋ ਕੁਛ ਕਰ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਖੁਦ ਕੀ ਚਾਹੁੰਦੇ ਹੈ। ਭਾਈ ਜਿਹੜੇ ਲੋਕ ਇਸ ਭੁਗਤ ਭੋਗੀ ਹੈ ਸਾਰੇ ਕਾਨੂੰਨਾਂ ਦੇ ਜਾਂ ਜੋ ਹੈ ਜੋ ਉਹਨਾਂ ਨੂੰ ਜੇ ਨਹੀਂ ਪਤਾ ਹੋਊਗਾ ਤਾਂ ਫਿਰ ਕਿਹਨੂੰ ਪਤਾ ਹੋਊਗਾ, ਫਿਰ ਕੀ ਹੇਮਾ ਮਾਲਨੀ ਜਿਹੜੀ ਉਹ ਕੀ ਸੋਚਦੀ ਹੈ ਕਿ ਉਹਨੂੰ ਪਤਾ ਹੋਊਗਾ ਜਿਹਦਾ ਇਸ ਨਾਲ ਲੈਣਾ ਦੇਣਾ ਹੀ ਕੋਈ ਨਹੀਂ, ਇਸ ਕਿੱਤੇ ਨਾਲ ਕੋਈ ਲੈਣਾ ਦੇਣਾ ਨਹੀਂ, ਇਸ ਇਲਾਕੇ ਨਾਲ ਕੋਈ ਲੈਣਾ ਦੇਣਾ ਨਹੀਂ। ਸੋ ਇਹੋ ਜਿਹੀਆਂ ਗੱਲਾਂ ਬਹੁਤ ਹੀ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਕੀਤੀਆਂ ਗਈਆਂ, ਪਹਿਲਾਂ ਵੀ ਕੀਤੀਆਂ ਗਈਆਂ, ਲੇਕਿਨ ਜਿਸ ਤਰ੍ਹਾਂ ਮੈਂ ਕਿਹਾ ਕਿ ਇਹ ਲੋਕ ਜਿਹੜੇ ਹੈ ਇਹ ਸੱਤਾ 'ਚ ਬੈਠੇ ਆਪਣੇ ਜਿਹੜੇ ਆਕਾ ਹੈ ਉਹਨਾਂ ਨੂੰ ਖੁਸ਼ ਕਰਨਾ ਇਹਨਾਂ ਦੀ ਸਭ ਤੋਂ ਵੱਡੀ ਪ੍ਰਾਇਰਟੀ ਹੈ, ਤੇ ਉਹ ਕਰ ਰਹੇ ਹੈ। ਇਸ ਕਰਕੇ ਕਿਸਾਨਾਂ ਨਾਲ ਕੀ ਹੁੰਦਾ, ਕਿਸਾਨਾਂ ਦੀਆਂ ਭਾਵਨਾਵਾਂ ਨੂੰ ਆਹਤ ਹੁੰਦੀਆਂ ਜਾਂ ਨਹੀਂ ਹੁੰਦੀਆਂ, ਉਹਦੇ ਨਾਲ ਇਹਨਾਂ ਨੂੰ ਕੋਈ ਸਰੋਕਾਰ ਨਹੀਂ ਹੈ। ਭੋਗਲ ਸਾਹਿਬ, ਇੱਕ ਗੱਲ ਤਾਂ ਕਿਸਾਨਾਂ ਨੂੰ ਵੀ ਸਮਝਣੀ ਪਊਗੀ, ਕਿਉਂਕਿ ਜਿਸ ਤਰੀਕੇ ਦੇ ਨਾਲ ਵਾਰ ਵਾਰ ਜੇਕਰ ਦਿਓਲ ਫੈਮਿਲੀ ਦਾ ਬਿਆਨ ਆ ਜਾਂਦਾ, ਖਾਸ ਕਰਕੇ ਜੇ ਦਿਓਲ ਫੈਮਿਲੀ ਦੀ ਗੱਲ ਕਰੀਏ, ਚਾਹੇ ਉਹ ਧਰਮਿੰਦਰ ਦਾ ਹੋਵੇ, ਚਾਹੇ ਉਹ ਸਨੀ ਦਿਓਲ ਦਾ ਹੋਵੇ, ਚਾਹੇ ਉਹ ਹੇਮਾ ਮਾਲਨੀ ਦਾ ਹੋਵੇ, ਇਹਨਾਂ ਦੇ ਬਿਆਨਾਂ ਦੇ ਉੱਪਰ ਆਪਣੇ ਆਪ ਨੂੰ ਨਾਰਾਜ਼ ਕਰ ਲੈਣਾ, ਕਿਸਾਨਾਂ ਨੂੰ ਛੱਡ ਦੇਣਾ ਚਾਹੀਦਾ, ਕਿਉਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਪੰਜਾਬੀਆਂ ਦੇ ਨਾਲ ਇਹਨਾਂ ਨੇ ਦਗਾ ਕਮਾਇਆ ਹੋਵੇ, ਸਿੱਖਾਂ ਦੇ ਨਾਲ ਦਗਾ ਕਮਾਇਆ ਹੋਵੇ, ਕਿਉਂਕਿ ਹੇਮਾ ਮਾਲਨੀ ਦਾ ਵਿਆਹ ਕਰਵਾਉਣ ਦੀ ਖਾਤਰ ਧਰਮਿੰਦਰ ਦੇ ਵੱਲੋਂ ਵੀ ਧਰਮ ਤਬਦੀਲ ਕਰ ਲਿਆ ਗਿਆ ਸੀ, ਖਾਲਸਾ 'ਚ ਇਸਲਾਮ ਧਰਮ ਕਬੂਲ ਕੀਤਾ ਹੋਇਆ ਜੀ। ਮੇਰਾ ਨਹੀਂ ਖਿਆਲ ਕਿਸਾਨ ਜਾਂ ਕੋਈ ਵੀ ਇਸ ਨੂੰ ਬਹੁਤ ਸੰਜੀਦਗੀ ਨਾਲ ਲੈ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਹੈਗਾ ਕਿ ਇਹ ਲੋਕ ਜਿਹੜੇ ਹੈਗੇ ਆ ਇਹ ਭਾਵਨਾਵਾਂ ਭੜਕਾ ਕੇ ਫਾਇਦਾ ਲੈ ਗਏ, ਜਾਂ ਆਪਣੀ ਜਿਹੜਾ ਸ਼ੋਅ ਬਿਜ ਦਾ ਜਿਹੜਾ ਇਮੇਜ ਹੈ ਉਹਦਾ ਉਹਦੇ ਵਿੱਚ ਕੁਛ ਡਾਇਲੋਗ ਬੋਲ ਦਿੰਦੇ ਆ ਪੰਜਾਬੀ ਦੇ, ਸਾਡੇ ਲੋਕ ਜੋ ਹੈ
ਉਹ ਖੁਸ਼ ਹੋ ਜਾਂਦੇ ਕਿ ਪੰਜਾਬ ਦਾ ਪੁੱਤਰ, ਤੇ ਉਹ ਅਸਲੀਅਤ ਉਹਨਾਂ ਦੀ ਜਿਹੜੀ ਹੈਗੀ ਆਲਰੇਡੀ ਸਾਹਮਣੇ ਆ ਚੁੱਕੀ ਹੈ। ਇਸ ਕਰਕੇ ਇਹ ਕੋਈ ਸੰਜੀਦਾ ਮਸਲਾ ਹੈ ਹੀ ਨਹੀਂ। ਹੇਮਾ ਮਾਲਿਨੀ ਨੇ ਕੀ ਬੋਲਿਆ ਅਖਬਾਰ ਦੇ ਵਿੱਚ, ਖਬਰ ਆ ਗਈ ਜਾਂ ਹੇਮਾ ਮਾਲਿਨੀ ਬੋਲ ਲੱਗੀ, ਮੈਨੂੰ ਨਹੀਂ ਲੱਗਦਾ ਉਹਦੇ ਬਾਰੇ ਕੋਈ ਬਹੁਤ ਜ਼ਿਆਦਾ ਸੰਜੀਦਾ ਹੈ। ਇੱਕ ਬਲਬੀਰ ਸਿੰਘ ਰਾਜੇਵਾਲ ਉਹਨਾਂ ਦਾ ਬਿਆਨ ਆਇਆ 26 ਜਨਵਰੀ ਨੂੰ ਲੈ ਕੇ ਨਵੀਂ ਰਣਨੀਤੀ, ਖਾਸ ਕਰਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਪਰੇਸ਼ਾਨੀ ਹੈ, ਲੋਕ ਸਮਝ ਨਹੀਂ ਪਾ ਰਹੇ ਕਿ 26 ਜਨਵਰੀ ਨੂੰ ਕਰਨਾ ਕੀ ਹੈ, ਕਿਉਂਕਿ ਬਹੁਤ ਸਾਰੇ ਲੋਕ ਕਹਿ ਰਹੇ ਕਿ ਅਸੀਂ ਟਰੈਕਟਰ ਇਹੋ ਜਿਹੇ ਬਣਾ ਲਿਆ ਕਿ ਲਾਠੀਚਾਰਜ ਸਾਡੇ ਤੇ ਹੋਣਾ ਹੀ ਨਹੀਂ, ਬੈਰੀਕੇਡ ਅਸੀਂ ਆਰਾਮ ਨਾਲ ਇਹਨਾਂ ਟਰੈਕਟਰਾਂ ਦੇ ਨਾਲ ਤੋੜ ਦੇਵਾਂਗੇ। ਤਾਂ ਦੂਜੇ ਪਾਸੇ ਰਾਜੇਵਾਲ ਸਾਹਿਬ ਦਾ ਬਿਆਨ ਆਉਂਦਾ ਕਿ ਆਪਾਂ ਕੋਈ ਬੈਰੀਕੇਡ ਨਹੀਂ ਤੋੜਨੀ, ਇਸ ਤਰੀਕੇ ਦੇ ਨਾਲ ਟਰੈਕਟਰ ਉੱਪਰ ਲੱਖਾਂ ਰੁਪਇਆ ਨਾ ਖਰਚੋ, ਤਾਂ ਫਿਰ ਲੋਕ ਕੀ ਸਮਝਣ। ਅੱਜ ਦੀਆਂ ਅਖਬਾਰਾਂ 'ਚ ਰਾਜੇਵਾਲ ਉਹਨਾਂ ਦੀ ਬੜੀ ਤਫਸੀਲੀ ਬਿਆਨ ਲੱਗਾ ਹੋਇਆ ਹੈ, ਔਰ ਉਹ ਬੜਾ ਸਿਆਣਾ ਔਰ ਬੜਾ ਮੈਚੋਰ ਬਿਆਨ ਮੈਂ ਉਸਨੂੰ ਮੰਨਾਂਗਾ, ਕਿਉਂਕਿ ਰਾਜੇਵਾਲ ਸਾਹਿਬ ਮਤਲਬ ਮੈਂ ਉਹਨਾਂ ਨੂੰ ਪੜ੍ਹ ਰਿਹਾ ਸੀ ਤੇ ਮੈਨੂੰ ਏਦਾਂ ਲੱਗਦਾ ਸੀ ਕਿ ਜਿਵੇਂ ਰਾਜੇਵਾਲ ਸਾਹਿਬ ਨੇ ਗਾਂਧੀ ਨੂੰ ਪੜ੍ਹਿਆ ਹੁੰਦਾ ਤੇ ਉਸੇ ਦੀ ਸ਼ਬਦਾਵਲੀ ਤਕਰੀਬਨ ਉਹਨਾਂ ਨੇ ਵਰਤੀ ਹੈ। ਅਸੀਂ ਕਿਸੇ ਵੀ ਸਟੇਜ ਦੇ ਉੱਤੇ ਜਿਹੜਾ ਅੰਦੋਲਨ ਹੈ ਉਹ ਜਦੋਂ ਹੀ ਅਸੀਂ ਹਿੰਸਾ ਵਾਲੇ ਪਾਸੇ ਲਿਜਾਵਾਂਗੇ ਜਾਂ ਉੱਥੇ ਹਿੰਸਾ ਹੋਏਗੀ ਤਾਂ ਅੰਦੋਲਨ ਜਿਹੜਾ ਹੈ ਖਤਮ ਹੋ ਜਾਣ, ਫੇਲ ਹੋ ਜਾਂਦਾ, ਆਸਾਰ ਬਣ ਜਾਣਗੇ। ਖੁੱਲੀ ਚਿੱਠੀ ਕਿਸਾਨਾਂ ਦੇ ਨਾਮ ਲਿਖੀ ਗਈ ਉਹਨਾਂ ਦੇ ਵੱਲੋਂ। ਹਾਂ, ਖੁੱਲੀ ਚਿੱਠੀ ਹੈ, ਔਰ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ, ਉਹੀ ਜੋ ਮਹਾਤਮਾ ਗਾਂਧੀ ਵੀ ਕਿਹਾ ਕਰਦੇ ਸੀ ਕਿ ਜਦੋਂ ਤੱਕ ਅੰਦੋਲਨ ਜਿਹੜਾ ਹੈਗਾ ਉਹ ਅਹਿੰਸਾਤਮਕ ਤਰੀਕੇ ਨਾਲ ਸ਼ਾਂਤੀ ਨਾਲ ਚੱਲੂਗਾ ਉਹ ਲੰਬਾ ਚੱਲੂਗਾ, ਤੇ ਸਰਕਾਰ ਜਿਹੜੀ ਹੈ ਜਿਹੜੀ ਤੁਹਾਨੂੰ ਥਕਾਉਣਾ ਚਾਹੁੰਦੀ ਉਹ ਖੁਦ ਥੱਕ ਜਾਏਗੀ, ਔਰ ਅਲਟੀਮੇਟਲੀ ਸਰਕਾਰ ਨੂੰ ਜਿਹੜਾ ਹੈ ਉਹ ਮੰਗਾਂ ਮੰਨਣ ਵਾਲੇ ਪਾਸੇ ਮਜਬੂਰ ਹੋਣਾ ਪਊਗਾ। ਸਰਕਾਰ ਤਾਂ ਚਾਹੂਗੀ ਕਿ ਹਿੰਸਾ ਹੋਵੇ ਤੇ ਉਹ ਆਪਣੇ ਵੱਲੋਂ ਜਿਹੜੀ ਹੈ ਤਾਂ ਕਿ ਸਰਕਾਰ ਨੂੰ ਵੀ ਇੱਕ ਮੌਕਾ ਮਿਲ ਜਾਏ ਤੁਹਾਡੇ ਤੇ ਹਿੰਸਾ ਕਰਨ ਦਾ, ਤੇ ਉਹ ਅੰਦੋਲਨ ਜਿਹੜਾ ਹੈਗਾ ਤਿੱਤਰ ਬਿੱਤਰ ਹੋ ਜਾਏ, ਤੁਹਾਡੀ ਸਾਰੀ ਜਿਹੜੀ ਮਹੀਨਿਆਂ ਦੀ ਕੀਤੀ ਹੋਈ ਮਿਹਨਤ ਆ ਉਹ ਮਿੱਟੀ 'ਚ ਪੈ ਜਾਵੇ। ਤੋਂ ਰਾਜੇਵਾਲ ਉਹਨਾਂ ਨੇ ਇਹ ਗੱਲ ਇਸ ਕਰਕੇ ਕਹੀ ਕਿਉਂਕਿ ਜਦੋਂ ਤੋਂ ਸੁਪਰੀਮ ਕੋਰਟ ਦੀ ਜਿਹੜੀ ਹੈ ਉਹ ਉਹਨੇ ਜੋ ਵੀ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਤੇ ਲੋਕਾਂ ਨੂੰ ਲੱਗਦਾ ਕਿ ਹੁਣ ਜਿਹੜਾ ਸਰਕਾਰ ਨੇ ਕੁਛ ਨਹੀਂ ਕਰਨਾ ਤੇ ਹੁਣ ਤਾਂ ਸਾਨੂੰ ਜਿਹੜਾ ਹੈਗਾ ਇਹਨੂੰ ਵਧਾਉਣਾ ਪੈਣਾ, ਇਹ ਬੈਰੀਕੇਡ ਤੋੜ ਕੇ ਦਿੱਲੀ 'ਚ ਸਾਨੂੰ ਦਾਖਲ ਹੋਣਾ ਪੈਣਾ, ਉਹ ਜਦੋਂ ਬੈਰੀਕੇਡ ਤੋੜੋਗੇ ਨੈਚੁਰਲੀ ਇਹ ਪੁਲਿਸ ਜਾਂ ਸਿਕਿਉਰਿਟੀ ਫੋਰਸਿਸ ਜਾਂ ਕੁਛ ਨਾ ਕੁਛ ਕਰਨ ਦੇ ਲਈ ਉਹ ਮਜਬੂਰ ਹੋਣਗੀਆਂ ਜੀ, ਤੋਂ ਹਿੰਸਾ ਜਿਹੜੀ ਹੈ ਫੈਲੇਗੀ। ਹਿੰਸਾ ਫੈਲਣ ਦਾ ਜਿਹੜਾ ਹੈਗਾ ਉਹ ਫਾਇਦਾ ਕਿਸੇ ਨੂੰ ਨਹੀਂ ਹੋਣਾ, ਸਿਰਫ ਸਰਕਾਰ ਨੂੰ ਹੋਣਾ। ਸਰਕਾਰ ਨੂੰ ਮੌਕਾ ਮਿਲ ਜਾਊਗਾ ਆਪਣੇ ਗਲੋਂ ਇਸ ਅੰਦੋਲਨ ਨੂੰ ਲਾਉਣ ਦਾ, ਕੁਛ ਲੋਕਾਂ ਦੀ ਜਾਨ ਚਲੀ ਜਾਊਗੀ, ਖੂਨ ਖਰਾਬਾ ਹੋਊਗਾ, ਅੰਦੋਲਨ ਫੇਲ ਹੋ ਜਾਊਗਾ। ਜਿਸ ਮਕਸਦ ਲਈ ਅਸੀਂ ਇੰਨੇ ਮਹੀਨਿਆਂ ਤੋਂ ਮਿਹਨਤ ਕਰ ਰਹੇ ਹਾਂ ਉਹ ਮਕਸਦ ਬਿਲਕੁਲ ਨਾਕਾਮਯਾਬ ਹੋ ਜਾਊਗਾ। ਇਸ ਕਰਕੇ ਬਲਬੀਰ ਸਿੰਘ ਰਾਜੇਵਾਲ ਦੀ ਜਿਹੜੀ ਸਟੇਟਮੈਂਟ ਹੈ ਬੜੀ ਸਿਆਣੀ, ਬੜੀ ਮੈਚੋਰ ਔਰ ਬੜੀ ਬੈਲੈਂਸ ਸਟੇਟਮੈਂਟ ਹੈ, ਔਰ ਮੈਨੂੰ ਉਮੀਦ ਹੈ ਕਿ ਸਾਡੇ ਕਿਸਾਨ ਆਗੂ ਉਸ ਤੇ ਬਹੁਤ ਗੌਰ ਕਰਨਗੇ, ਕਿਉਂਕਿ ਬੜਾ ਸੰਭਲ ਕੇ ਚੱਲਣ ਦੀ ਲੋੜ ਹੈ। ਅਸੀਂ ਬਹੁਤ ਲੰਬਾ ਪੰਥ ਤੈਅ ਕੀਤਾ ਔਰ ਬੜੀ ਕਾਮਯਾਬੀ ਨਾਲ ਕੀਤਾ, ਹੁਣ ਇਹ ਨਾ ਹੋਵੇ ਕਿਤੇ ਅਸੀਂ ਜਿਹੜਾ ਹੈ ਉਹ ਇਮਪੇਸ਼ੈਂਟ ਹੋ ਕੇ ਜਿਹੜਾ ਹੈ ਆਪਣਾ ਸਬਰ ਖੋ ਕੇ ਅਸੀਂ ਜਿਹੜਾ ਹੈ ਆਪਣੇ ਕੀਤੇ ਕਿਰਾਏ ਤੇ ਪਾਣੀ ਫੇਰ ਲਈਏ। ਇਸ ਪੱਖੋਂ ਉਹਨਾਂ ਦੀ ਜਿਹੜੀ ਬਿਆਨ ਹੈ ਬਹੁਤ ਵਧੀਆ ਬਿਆਨ ਹੈ, ਮੈਂ ਉਹਦਾ ਸਵਾਗਤ ਕਰ। ਜਾਨੀ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਪਾਂ ਇਹ ਪਰੇਡ ਜਿਹੜੀ ਕਰਨੀ ਹੈ ਟਰੈਕਟਰ ਪਰੇਡ ਕਰਨੀ ਜ਼ਰੂਰ ਹੈ ਪਰ ਕਰਨੀ ਸ਼ਾਂਤਮਈ ਹੈ। ਹਾਂਜੀ, ਸ਼ਾਂਤਮਈ ਬਿਲਕੁਲ ਕੀਤੀ ਜਾਣੀ ਚਾਹੀਦੀ ਹੈ। ਜੇ ਉਹਨਾਂ ਨੂੰ ਦਿੱਲੀ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਤਾਂ ਜਿਸ ਤਰ੍ਹਾਂ ਜੀ ਤਾਂ ਜਿਸ ਤਰ੍ਹਾਂ ਅੱਗੇ ਉਹਨਾਂ ਨੇ ਕੀਤੀ ਹੈ ਦਿੱਲੀ ਦੇ ਇਰਦ ਗਿਰਦ ਜਿਹੜਾ ਚੱਕਰ ਲਗਾਇਆ ਸੀ ਉਸ ਤਰੀਕੇ ਨਾਲ ਕੀਤਾ ਜਾਵੇ। ਜੋ ਵੀ ਉਹ ਕਹਿੰਦੇ ਉਹਨੂੰ ਪੂਰੀ ਧਿਆਨ, ਇੰਟਰਨੈਸ਼ਨਲ ਮੀਡੀਆ ਉਸ ਵਾਲੇ ਪਾਸੇ ਧਿਆਨ ਦਊਗਾ। ਇਹ ਨਹੀਂ ਆਪਾਂ ਸਮਝ ਸਕਦੇ, ਇਹ ਨਹੀਂ ਕਹਿ ਸਕਦੇ ਕਿ ਜਦ ਤੱਕ ਅਸੀਂ ਦਿੱਲੀ ਨਹੀਂ ਵੜ ਜਾਂਦੇ ਰਾਜਪਥ ਤੇ ਟਰੈਕਟਰ ਨਹੀਂ ਚਲਾ ਲੈਂਦੇ ਸਾਡੇ ਵੱਲ ਧਿਆਨ ਨਹੀਂ ਜਾਣਾ। ਜਿੱਥੇ ਕਿਤੇ ਵੀ ਉਹ ਜੋ ਵੀ ਅੰਦੋਲਨ ਜਿਸ ਤਰ੍ਹਾਂ ਵੀ ਕਰਨਗੇ ਇਸ ਵੇਲੇ ਪੂਰਾ ਫੋਕਸ ਇੰਟਰਨੈਸ਼ਨਲ ਮੀਡੀਆ ਦਾ, ਸਾਡੇ ਆਪਣੇ ਮੀਡੀਆ ਦਾ ਉੱਥੇ ਹੈ। BBC ਵਰਗੇ ਜਿਹੜੇ ਰੇਡੀਓ ਔਰ ਟੈਲੀਵਿਜ਼ਨ ਨੇ ਜਾਂ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਸਾਰਿਆਂ ਦੇ ਵਿੱਚ ਜਿਹੜੇ ਹੈ ਲੇਖ ਆ ਰਹੇ ਨੇ, ਨੈਸ਼ਨਲ ਜੀਓਗ੍ਰਾਫਿਕ ਨੇ, ਮਤਲਬ ਕਹਿਣ ਤੋਂ ਭਾਵ ਕਿ ਇੰਟਰਨੈਸ਼ਨਲ ਮੀਡੀਆ ਦੇ ਕਿਸੇ ਵੀ ਮੈਗਜ਼ੀਨ ਨੇ, ਕਿਸੇ ਵੀ ਟੈਲੀਵਿਜ਼ਨ ਚੈਨਲ ਨੇ, ਕਿਸੇ ਵੀ ਰੇਡੀਓ ਨੇ ਅੱਜ ਤੱਕ ਜਿਹੜਾ ਹੈ ਇਸ ਨੂੰ ਛੱਡਿਆ ਨਹੀਂ। ਪੂਰੀ ਤਰ੍ਹਾਂ ਨਾਲ ਫੋਕਸ ਇਸ ਅੰਦੋਲਨ ਤੇ ਹੈ। ਦੁਨੀਆਂ ਦਾ ਬਹੁਤ ਬੜਾ ਅੰਦੋਲਨ ਹੈ, ਛੋਟੀ ਗੱਲ ਨਹੀਂ ਹੈ। ਇਸ ਨੂੰ ਕਾਮਯਾਬੀ ਵਾਲੇ ਪਾਸੇ ਲਿਜਾਣਾ ਹੁਣ ਸਾਡਾ ਫਰਜ਼ ਹੈ, ਸਾਡੇ ਮੋਢਿਆਂ ਤੇ ਜ਼ਿੰਮੇਵਾਰੀ ਹੈ। ਸਾਡੀ ਕੀਤੀ ਹੋਈ ਇੱਕ ਭਾਵੁਕ ਬੇਵਕੂਫੀ ਜਿਹੜੀ ਹੈ ਉਹ ਇਸ ਅੰਦੋਲਨ ਨੂੰ ਜਿਹੜਾ ਹੈ ਇਹਦਾ ਕੀਤੇ ਕਿਰਾਏ ਤੇ ਪਾਣੀ ਦੇ ਸਕਦੀ ਹੈ। ਉਸ ਦੇ ਪ੍ਰਤੀ ਸਾਨੂੰ ਸਾਵਧਾਨ ਰਹਿਣਾ ਪਊਗਾ। ਇਹੀ ਰਾਜੇਵਾਲ ਉਹਨਾਂ ਨੇ ਕਿਹਾ, ਹਰ ਸਿਆਣਾ ਬੰਦਾ ਇਹੀ ਕਹੂਗਾ। ਇਹੀ ਮੇਰੀ ਵੀ ਅਪੀਲ ਜਿਹੜੀ ਹੈ ਕਿਸਾਨ ਭਰਾਵਾਂ ਨੂੰ, ਕਿਸਾਨ ਜਥੇਬੰਦੀਆਂ ਨੂੰ ਰਹੇ। ਕੋਗਲ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਆਪਣੇ ਵਿਚਾਰ ਪੇਸ਼ ਕੀਤੇ, ਉਮੀਦ ਕਰਦੇ ਹਾਂ ਕਿ ਦਰਸ਼ਕਾਂ ਨੂੰ ਤੁਹਾਡੇ ਵਿਚਾਰ ਜਿਹੜੇ ਹੈਗੇ ਆ ਜ਼ਰੂਰ ਪਸੰਦ ਆਉਣਗੇ, ਤੇ ਦੁਬਾਰਾ ਸਾਰੇ ਦਰਸ਼ਕਾਂ ਨੂੰ ਮੇਰੀਆਂ ਸਾਰੇ ਦਰਸ਼ਕਾਂ ਨੂੰ ਸ਼ੁਭ ਇੱਛਾਵਾਂ, ਔਰ ਅੱਜ ਮਾਘੀ ਦੇ ਦਿਵਸ ਤੇ ਜਿਹੜੀਆਂ ਹੈ ਹੋਰ ਵੀ ਸ਼ੁਭ ਇੱਛਾਵਾਂ। ਧੰਨਵਾਦ।